बाइकॉट करो रिलायंस दा, बाइकॉट करो अडवाणी दा, बाइकॉट करो बीजेपी दा। एफसीआई दे अंदर जो बेरोजगारी वधेगी वो अदा भैया देगा या अमित शाह दा भैया देगा? पंजाबी नैशनल टीवी दे उपर एक बार फिर तो तुहाडा बहुत बहुत स्वागत। अज असी गल कर जा रहे हैं दिल्ली तो, एक परिवार आया संघर्ष दे विच, इन्हां दे नाल गलबात करदे हां। इन्होंने संघर्ष में आके की देखा, किवें दा लग्या, की सीख्या, तो नाल दी नाल पुछांगे। किसानां दी भी गलबात नाल दी नाल असी कर लवांगे, क्योंकि वख वख परिवार ने जो सिंघू बॉर्डर दिल्ली के बहुत करीब है तो पहुँच रहे ने, समर्थन देन पहुँच रहे ने, देखण पहुँच रहे ने किसानी संघर्ष नूं किवें, इन्हां दा नज़रिया इन्हां तों जाणांगे। सत श्री अकाल अंकल जी। सत श्री अकाल महाराज जी। वाहिगुरु जी का खालसा, वाहिगुरु जी की फतेह। अंकल जी आए हो संघर्ष दे विच, बहुत सारे लोग आ रहे ने दिल्ली तों खास करके, ਤਾਂ ਕਿਵੇਂ ਦਾ ਲੱਗਿਆ ਤੁਹਾਨੂੰ ਅੱਜ ਇੱਥੇ ਆ ਕੇ ਜੀ? ਬਹੁਤ ਅੱਛਾ ਲੱਗ ਰਿਹਾ। ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਕਿਸਾਨ ਭਰਾਵਾਂ 'ਤੇ ਜੋ ਜ਼ੁਲਮ ਹੋ ਰਿਹਾ ਉਹ ਕਿਸਾਨ ਭਰਾਵਾਂ 'ਤੇ ਨਹੀਂ ਹੋ ਰਿਹਾ, ਉਹ ਆਮ ਪਬਲਿਕ 'ਤੇ ਵੀ ਹੋਏਗਾ। ਅੱਜ ਅਗਰ ਅਸੀਂ 30 ਰੁਪਏ ਕਿਲੋ ਆਟਾ ਲੈ ਰਹੇ ਹਾਂ ਤਾਂ ਆਉਣ ਵਾਲੇ ਟਾਈਮ ਵਿੱਚ 300 ਰੁਪਏ ਕਿਲੋ ਆਟਾ ਵੀ ਲੈਣਾ ਪਏਗਾ। ਉਸ ਤੋਂ ਇਲਾਵਾ ਜਿਹੜੀ ਅਸੀਂ ਇਹ ਕਰ ਰਹੇ ਹਾਂ ਸਮੱਗਰੀ ਹੈ ਲੈ ਇਕੱਠਾ ਸਟੋਰ ਕਰਨਗੇ, ਉਹ ਸਾਰੀ ਬਲੈਕਮੇਲਿੰਗ ਕਰਨਗੇ। ਆਉਣ ਵਾਲੇ ਟਾਈਮ ਦੇ ਅੰਦਰ ਚਾਹੇ ਉਹ ਦਿੱਲੀ ਪੁਲਿਸ ਦਾ ਹੋਏ, ਚਾਹੇ ਉਹ ਆਮ ਨਾਗਰਿਕ ਹੋਏ, ਚਾਹੇ ਉਹ ਮਿਲਟਰੀ ਦਾ ਹੋਏ, ਮੈਂ ਤਾਂ ਇਹੀ ਬੇਨਤੀ ਕਰਾਂਗਾ, ਮਿਲਟਰੀ ਨੂੰ ਵੀ ਕਹਾਂਗਾ, ਦਿੱਲੀ ਪੁਲਿਸ ਨੂੰ ਵੀ ਕਹਾਂਗਾ, ਔਰ ਆਮ ਪਬਲਿਕ ਨੂੰ ਵੀ ਕਹਾਂਗਾ, ਔਰ ਅੰਧ ਭਗਤਾਂ ਨੂੰ ਵੀ ਕਹਾਂਗਾ ਕਿ ਤੁਸੀਂ ਇਹੋ ਜਿਹਾ ਟਾਈਮ ਨਾ ਆਏ ਕਿ ਤੁਹਾਨੂੰ 300 ਰੁਪਏ ਕਿਲੋ ਆਟਾ ਔਰ 200 ਰੁਪਏ ਕਿਲੋ ਚਾਵਲ ਔਰ 200 ਰੁਪਏ ਕਿਲੋ ਪਿਆਜ਼, 200 ਰੁਪਏ ਕਿਲੋ ਆਲੂ ਔਰ ਚਾਹ ਸਮੱਗਰੀ ਵਗੈਰਾ ਜਿੰਨੀਆਂ ਵੀ ਆ ਤੁਹਾਨੂੰ ਲੈਣੀਆਂ ਪੈਣ। ਅੱਜ ਤੋਂ 20-30 ਸਾਲ ਪਹਿਲੇ ਇੱਕ ਫਿਲਮ ਆਈ ਸੀ ਰੋਟੀ ਕੱਪੜਾ ਔਰ ਮਕਾਨ, ਉਸ ਟਾਈਮ ਵੀ ਉਹਨਾਂ ਨੇ ਦੱਸਿਆ ਸੀ ਕਿ ਆਉਣ ਵਾਲੇ ਟਾਈਮ ਦੇ ਅੰਦਰ ਤੁਹਾਨੂੰ ਇਹ ਮੁਕਾ ਸਹਿਣਾ ਪਏਗਾ, ਹੁਣ ਤਾਂ ਹੋਰ ਹੀ ਸਹਿਣਾ ਪਏਗਾ। ਅਗਰ ਇਹ ਤੁਸੀਂ ਹਾਲਾਤ ਹੋਣਗੇ ਤਾਂ ਥੈਲਾ ਭਰ ਕੇ ਲੈ ਜਾਓਗੇ ਅਤੇ ਮੁੱਠੀ ਭਰ ਅਨਾਜ ਲੈ ਕੇ ਆਓਗੇ। ਮੇਰੀ ਸਭ ਦੇ ਅੱਗੇ ਅਪੀਲ ਇਹੀ ਹੋਏਗੀ ਹੈ ਕਿ ਤੁਸੀਂ ਸਾਰੇ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹੋ ਔਰ ਬਾਈਕਾਟ ਕਰੋ ਰਿਲਾਇੰਸ ਦਾ, ਬਾਈਕਾਟ ਕਰੋ ਅਡਵਾਨੀ ਦਾ, ਬਾਈਕਾਟ ਕਰੋ ਬੀਜੇਪੀ ਦਾ, ਕਿਉਂਕਿ ਜਿਹੜੇ ਵੀ ਇਹ ਜੋ ਕਰ ਰਹੇ ਹੈ ਇਹ ਸਿਰਫ ਅੰਡਾਨੀ ਔਰ ਅੰਬਾਨੀ ਨੂੰ ਜਿਤਾਉਣ ਵਾਸਤੇ ਹੋ ਰਿਹਾ। ਮੇਰੀ ਸਭ ਦੇ ਅੱਗੇ ਅਪੀਲ ਹੈ, ਸਾਰੀ ਸਮੂਹ ਸਾਧ ਸੰਗਤ ਦੇ ਅੱਗੇ ਅਪੀਲ ਹੈ ਕਿ ਤੁਸੀਂ ਕਿਸਾਨ ਮੋਰਚੇ ਦੇ ਨਾਲ ਸਾਥ ਦਿਓ, ਰੋਜ਼ ਇਹਨਾਂ ਦੇ ਨਾਲ ਆਓ ਤਾਂ ਕਿ ਗੌਰਮੈਂਟ ਨੂੰ ਵੀ ਪਤਾ ਲੱਗੇ ਕਿ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ। ਅਸੀਂ ਜੋ ਕਾਨੂੰਨ ਬਣਾਏ ਹੈ ਉਹ ਬਿਲਕੁਲ ਗਲਤ ਬਣਾਏ ਹਾਂ। ਮੇਰੀ ਹੱਥ ਜੋੜ ਕੇ ਬੇਨਤੀ ਇਹੀ ਹੋਈ ਹੈ। ਦਿੱਲੀ ਦੀ 99% ਜਨਤਾ ਕਿਸਾਨ ਮੋਰਚੇ ਦੇ ਨਾਲ ਹੈਗੀ ਹੈ ਜੀ। ਬਿਲਕੁਲ ਆਂਟੀ ਜੀ, ਤੁਸੀਂ ਵੀ ਆਏ ਹੋ ਤਾਂ ਕਿਸਾਨਾਂ ਦੀ ਲੜਾਈ ਜਿਹੜੀ ਚੱਲ ਰਹੀ ਹੈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਲੜ ਰਹੇ ਨੇ ਇੱਥੇ, ਤੁਹਾਡਾ ਆਪਣਾ ਵਿਊ ਕੀ ਹੈ, ਨਿੱਜੀ ਵਿਊ? ਮੇਰਾ ਨਿੱਜੀ ਵਿਊ ਹੈਗਾ ਕਿ ਬਹੁਤ ਅੱਛਾ ਕਰ ਰਹੇ ਹੈਗੇ ਨੇ। ਇਹ ਉਹ ਕੌਮ ਹੈਗੀ ਹੈ ਜਿਹਨੂੰ ਜ਼ਰਾ ਜੇ ਉਂਗਲੀ ਕਰੋ ਤਾਂ ਛਿੜ ਜਾਂਦੀ ਹੈ, ਪਰ ਬੜੇ ਸ਼ਾਂਤ ਸੁਭਾਅ ਦੇ ਨਾਲ ਬੈਠੀ ਹੋਈ ਹੈਗੀ ਹੈ, ਬੜੇ ਪਿਆਰ ਨਾਲ ਬੈਠੀ ਹੈ, ਪੁਲਿਸ ਦਾ ਵੀ ਸਤਿਕਾਰ ਕਰ ਰਹੀ ਹੈ, ਸਭ ਚੀਜ਼ ਕਰ ਰਹੀ ਹੈ ਔਰ ਸਾਡੀ ਕੌਮ ਦੀ ਇੱਜ਼ਤ ਬਣਾ ਕੇ ਬੈਠੀ ਹੈਗੀ ਹੈ। ਇਹ ਗੁਰੂ ਗੋਬਿੰਦ ਸਿੰਘ ਦੇ ਲਾਲ ਹੈਗੇ ਨੇ ਜਿਹੜੀ ਆਪਣੀ ਪੰਥ ਦੀ ਰੱਖਿਆ ਕਰਦੇ ਪਏ ਹੈਗੇ। ਤੁਸੀਂ ਆਂਟੀ ਜੀ ਆਪਣਾ ਪੂਰਾ ਪਰਿਵਾਰ ਲੈ ਕੇ ਪਹੁੰਚੇ ਹੋ, ਬੱਚੇ ਵੀ ਤੁਹਾਡੇ ਨਾਲ ਨੇ, ਹਾਂਜੀ, ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰ ਲਵਾਂਗੇ। ਇਹਨਾਂ ਨੂੰ ਕੀ ਦਿਖਾਇਆ ਤੁਸੀਂ ਇੱਥੇ ਲਿਆ ਕੇ? ਅਸੀਂ ਦਿਖਾਇਆ ਕਿ ਜ਼ੁਲਮ ਨਹੀਂ ਸਹਿਣਾ ਹੈਗਾ ਵੇ, ਅਗਰ ਅੱਜ ਅਸੀਂ ਕਿਸਾਨਾਂ ਦੇ ਨਾਲ ਨਹੀਂ ਖੜੇ ਹੋਵਾਂਗੇ ਨਾ ਤਾਂ ਕੱਲ੍ਹ ਤੁਹਾਡੇ ਬੱਚੇ ਰੋਟੀ ਵਾਸਤੇ ਵੀ ਤਰਸ ਜਾਣਗੇ ਜੀ। ਤਾਂ ਕੀ ਤੁਸੀਂ ਸਿੱਖਿਆ, ਤੁਹਾਡਾ ਕੀ ਨਜ਼ਰੀਆ? ਸਾਡੇ ਮੰਮਾ ਪਾਪਾ ਨੇ ਸਾਨੂੰ ਬਹੁਤ ਸੋਹਣੀ ਸਿੱਖਿਆ ਦਿੱਤੀ ਅੱਜ ਕਿ ਆਉਣ ਵਾਲੇ ਟਾਈਮ 'ਚ ਜ਼ੁਲਮ ਦੇ ਅੱਗੇ ਖੜ੍ਹਨਾ ਆ, ਜਿਵੇਂ ਮੇਰੇ ਮਾਤਾ ਜੀ ਕਹਿੰਦੇ ਪਏ ਨੇ। ਅਤੇ ਜਿਹੜੇ ਅੱਜ ਉਹਨਾਂ ਨੇ ਮੈਨੂੰ ਸਭ ਤੋਂ ਵਧੀਆ ਗੱਲ ਇਹ ਦੱਸੀ ਆ, ਜਦੋਂ ਪੋਹ ਦਾ ਮਹੀਨਾ ਸੀ, ਮਾਤਾ ਗੁਜਰੀ ਦੇ ਜੋ ਛੋਟੇ ਛੋਟੇ ਪੋਤੇ ਸੀ ਉਹ ਠੰਡੇ ਬੁਰਜ ਵਿੱਚ ਬੈਠੇ ਹੋਏ ਸੀ। ਅੱਜ ਉਹੀ ਕਿਸਾਨ, ਉਹੀ ਪੋਤੇ ਲਾਲ ਇੱਥੇ ਬੈਠੇ ਹੋਏ ਨੇ, ਠੰਡ ਵਿੱਚ ਆਪਣੇ ਹੱਕ ਦੀ ਲੜਾਈ ਲੜ ਰਹੇ ਨੇ। ਤਾਂ ਕਰਕੇ ਸਾਰਿਆਂ ਵਾਸਤੇ ਬੇਨਤੀ ਆ, ਅੱਗੇ ਆਓ ਅਤੇ ਵਧੋ ਅਤੇ ਕਿਸਾਨਾਂ ਨੂੰ ਸਪੋਰਟ ਕਰੋ ਜੀ। ਤਾਂ ਬਿਲਕੁਲ, ਤੁਹਾਡੇ ਸਿਸਟਰ ਨੇ ਜੀ ਛੋਟੇ ਜੀ, ਇਹਨਾਂ ਨਾਲ ਵੀ ਗੱਲਬਾਤ ਕਰ ਲਵਾਂਗੇ। ਕੀ ਸਿੱਖਿਆ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਦੱਸਿਆ ਵੀ ਆਹ ਕੌਮ ਹੈ ਆਪਣੀ, ਜਿਵੇਂ ਤੁਹਾਡੇ ਵੱਡੇ ਸਿਸਟਰ ਗੱਲ ਕਰ ਰਹੇ ਨੇ, ਤੁਸੀਂ ਓਬਜ਼ਰਵ ਕੀ ਕੀਤਾ? ਤੁਸੀਂ ਸਟੂਡੈਂਟ ਹੋਵੋਗੇ ਤਾਂ ਤੁਹਾਡੀ ਓਬਜ਼ਰਵੇਸ਼ਨ ਕੀ ਹੈ? ਇੱਥੇ ਆ ਕੇ ਪਤਾ ਲੱਗ ਰਿਹਾ ਕਿ ਸਾਡਾ ਜਿਹੜਾ ਪੂਰਾ ਫਾਰਮਰਸ ਹੈਗੇ ਨੇ ਕਿਵੇਂ ਸਾਨੂੰ ਸਪੋਰਟ ਕਰਦੇ ਨੇ, ਕਿਵੇਂ ਸਾਰੀ ਚੀਜ਼ਾਂ ਸਾਨੂੰ ਦਿੰਦੇ ਨੇ, ਅਤੇ ਅਸੀਂ ਇਹਨਾਂ ਦੇ ਨਾਲ ਹੈਗੇ ਹਾਂ। ਪੂਰਾ ਸਿੱਖਿਆ ਤਾਂ ਇਹੀ ਮਿਲਦੀ ਹੈ ਕਿ ਇਸੇ ਸਾਰੇ ਕਿਸਾਨਾਂ ਦੇ ਨਾਲ ਹੈਗੇ ਨੇ। ਹੂਐਵਰ ਇਜ਼ ਸੇਇੰਗ ਦੈਟ ਦੀਸ ਫਾਰਮਰਸ ਆਰ ਐਂਟੀ ਟੈਰਰਿਸਟ, ਦੇ ਆਰ ਨੋਟ ਟੈਰਰਿਸਟ, ਦੇ ਆਰ ਦਾ ਸਪੋਰਟਰਸ ਆਫ ਦਿਸ ਕੰਟਰੀ ਐਂਡ ਦੇ ਆਰ ਕਮਿੰਗ ਫੋਰਵਰਡ ਟੂ ਹੈਲਪ ਅਸ ਐਂਡ ਆਰ ਨੇਸ਼ਨ ਬਿਕਮ ਮਚ ਬੈਟਰ। ਸੋ ਆਈ ਰਿਕੁਐਸਟ ਐਵਰੀ ਵਨ
to see what consequences they are facing over here and in the upcoming future what will happen. So please support them, the farmers, to peacefully do this protest and just fight for their rights. ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੈ, ਕੋਈ ਅਸਲਾ ਨਹੀਂ ਹੈ, ਕੁਛ ਨਹੀਂ ਹੈ, ਸਭ ਸ਼ਾਂਤੀ ਨਾਲ ਲੜਨ, ਸਿਰਫ ਆਪਣੇ ਹੱਕ ਵਾਸਤੇ ਲੜ ਰਹੇ ਨੇ ਇੱਥੇ ਲੋਕ। ਇਹ ਗਵਰਨਮੈਂਟ ਦੇ ਬਹਿਕਾਵਾ ਹੈ ਸਭ ਨੂੰ ਕਿ ਉੱਥੇ ਅਸਲਾ ਹੈ, ਉਗਰਵਾਦੀ ਹੈ, ਆਤੰਕਵਾਦੀ ਹੈ। ਅੱਜ ਤੋਂ ਜਦੋਂ ਕੋਰੋਨਾ ਦਾ ਟਾਈਮ ਸੀ, ਜਦੋਂ ਸੇਵਾ ਕਰ ਰਹੇ ਸੀ, ਤਦ ਉਹਨਾਂ ਨੂੰ ਆਤੰਕਵਾਦੀ ਨਜ਼ਰ ਨਹੀਂ ਆਇਆ, ਤਦ ਖਾਲਿਸਤਾਨ ਨਜ਼ਰ ਨਹੀਂ ਆਇਆ। ਆਪਣੇ ਖਾਲਿਸਤਾਨੀ ਤੇ ਆਤੰਕਵਾਦੀ ਨਜ਼ਰ ਆ ਜਾਂਦੇ ਆ। ਸ਼ੇਮ ਹੈ ਗਵਰਨਮੈਂਟ ਨੂੰ, ਭਾਜਪਾ ਗੌਰਮੈਂਟ ਔਰ ਪੀ ਐੱਮ ਨੂੰ ਸ਼ੇਮ ਹੈ, ਬਿਲਕੁਲ ਸ਼ੇਮ ਹੈ। ਉਹਦੀ ਵਜ੍ਹਾ ਹੈ ਕਿ ਇਹਨਾਂ ਨੇ ਬਿਲਕੁਲ ਬੇੜਾ ਗਰ ਕਰਤਾ ਹਰ ਚੀਜ਼ 'ਤੇ। ਜਾਦਾ ਬੈਠਾ ਹੈਗਾ, ਐਸਾ ਨਾਸ ਵੈਸਾ ਹੈਗਾ ਕਿ ਸਾਰੇ ਹਿੰਦੁਸਤਾਨ ਨੂੰ ਖਰਾਬ ਕਰੀ ਜਾ ਰਿਹਾ, ਸਾਰੇ ਭੁੱਖਮਰੀ 'ਤੇ ਜਾ ਰਹੇ ਹਨ। ਅਗਰ ਅੱਜ ਇਹਦੀ ਚਾਲ ਆਈ ਹੋਈ ਹੈ ਐੱਫ ਸੀ ਆਈ ਨੂੰ ਬੰਦ ਕਰਨ ਦੀ, ਐੱਫ ਸੀ ਆਈ ਦੇ ਅੰਦਰ ਜੋ ਬੇਰੁਜ਼ਗਾਰੀ ਵਧੇਗੀ ਉਹ ਇਹਦਾ ਭਾਈਆ ਦੇਗਾ ਜਾਂ ਅਮਿਤ ਸ਼ਾਹ ਦਾ ਭਾਈਆ ਦੇਗਾ? ਕੋਈ ਨਹੀਂ ਦੇਣ ਲੱਗਾ। ਹਿੰਦੁਸਤਾਨ ਦੇ ਸਾਡੇ ਕਿਸਾਨ ਭਰਾ ਨੂੰ ਖਰਾਬ ਕਰ ਰਿਹਾ ਹੈਗਾ। ਇਹਨੂੰ ਇਹ ਕਾਨੂੰਨ ਲਿਆਉਣੇ ਹੀ ਨਹੀਂ ਚਾਹੀਦੇ ਹੈਗੇ ਸੀ, ਬਿਲਕੁਲ ਇਹ ਗਲਤ ਹੈਗਾ ਕਾਨੂੰਨ ਜੀ। ਤਾਂ ਕਿਸਾਨ ਵੀ ਇਸੇ ਹੱਕ ਦੇ ਲਈ ਬੈਠੇ ਨੇ ਕਿ ਸਾਨੂੰ ਕਾਨੂੰਨ ਤੁਸੀਂ ਆਪਣੇ ਵਾਪਸ ਲੈ ਲਓ। ਸਰਕਾਰ ਕਹਿ ਰਹੀ ਹੈ ਫਾਇਦੇ 'ਚ ਨੇ, ਸਾਨੂੰ ਫਾਇਦਾ ਨਹੀਂ ਚਾਹੀਦਾ। ਪਰ ਤੁਹਾਡੀ ਕੀ ਮੰਗ ਰਹੇਗੀ? ਤੁਸੀਂ ਰਾਜਧਾਨੀ ਦੇ ਵਿੱਚ ਬੈਠੇ ਹੋ ਤੇ ਕੱਲ ਪ੍ਰਧਾਨ ਮੰਤਰੀ ਸਾਹਿਬ ਗੁਰਦੁਆਰਾ ਸਾਹਿਬ ਵੀ ਜਾ ਕੇ ਆਏ ਨੇ। ਉਹ ਸਾਰਾ ਢੋਂਗ ਸੀ, ਉਹ ਆਜ ਤੋਂ 7 ਸਾਲ ਹੋ ਗਏ ਉਹਨਾਂ ਨੂੰ ਗੱਦੀ 'ਚ ਬੈਠੇ। ਉਹ 7 ਸਾਲ ਤੱਕ ਅੱਜ ਤੱਕ ਤੋਂ ਕਿਸੇ ਗੁਰਪੁਰਬ 'ਚ ਰਕਾਬਗੰਜ ਸਾਹਿਬ ਮੱਥਾ ਟੇਕਣ ਗਏ ਨੇ? ਜੀ ਜੀ ਗਏ ਨੇ। ਹੁਣ ਉਹ ਖਾਲੀ ਨਾਟਕ ਕਰਕੇ ਸਿੱਖਾਂ ਨੂੰ ਦਿਖਾਉਣਾ ਚਾਹ ਰਹੇ ਨੇ। ਉਹ 2014 'ਚ ਕਹਿ ਰਹੇ ਸੀ ਦੇਸ਼ ਨੂੰ ਵੇਚਣ ਨਹੀਂ ਦਾਂਗੇ, ਅੱਜ ਉਹ ਹਰ ਚੀਜ਼ ਵੇਚੀ ਜਾ ਰਹੇ ਨੇ ਜਿਵੇਂ ਉਹਨਾਂ ਦਾ ਪਿਓ ਨੇ ਬਣਾਇਆ ਹੋਇਆ ਚੀਜ਼। 70 ਸਾਲ 'ਚ ਉਹ ਗੁਰੂ ਦੇ ਲਾਲਾਂ ਦੇ ਨਾਲ ਪੰਗਾ ਲੈ ਬੈਠਾ ਤੇ ਪੰਗਾ ਲੈ ਬੈਠਾ, ਅੱਜ ਤੱਕ ਬੱਚਿਆਂ ਨਾਲ ਪੰਗਾ ਲੈ ਬੈਠਾ, ਪਿਓ ਕੋਲ ਮਾਫੀ ਮੰਗਣ ਗਿਆ ਵੇ ਬਸ। ਅੱਜ ਤੱਕ ਕੀ ਸੀ ਕਿ ਸਾਹਿਨ ਬਾਗ ਧਰਮ ਜਾਤੀ 'ਚ ਵੰਡ ਕੇ ਤੁਸੀਂ ਲੋਕਾਂ ਨੂੰ ਲੜਾਈ ਜਾ ਰਹੇ ਸੀ, ਐਤਕੀ ਵਾਰੀ ਉਹਨਾਂ ਦਾ ਪਾਲਾ ਪਿਆ ਸਿੰਘਾਂ ਨਾਲ। ਉਹ ਫਿਰ ਸਿੰਘ ਦਿਖਾਉਂਦੇ ਆ ਨਾ, ਅਸੀਂ ਇੱਕ ਵਾਰੀ ਉਂਗਲੀ ਕਰ ਦਈਏ ਫਿਰ ਕੱਢਦੇ ਨਹੀਂ। ਅਸੀਂ ਉਹਨੂੰ ਇਹ ਕਾਨੂੰਨ ਬਿਲਕੁਲ ਵਾਪਸੀ ਲੈਣੇ ਪੈਣਗੇ। ਉਹਦਾ ਪਿਓ ਦਾ ਜ਼ਮੀਰ ਨਹੀਂ ਜਿਹੜਾ ਉਹ ਵੇਚੀ ਜਾ ਰਿਹਾ ਹੈ, ਬੀ ਪੀ ਸੀ ਐੱਲ, ਏਅਰ ਇੰਡੀਆ, ਐੱਲ ਆਈ ਸੀ, ਸਾਰਾ ਵੇਚ ਇੰਝ ਰਿਹਾ ਜਿਵੇਂ ਉਹਦਾ ਪਿਓ ਦਾਦਾ ਨੇ ਉਹਨੂੰ ਬਣਾ ਕੇ ਦਿੱਤੀ ਉਹ 'ਚ। ਭੈਣ ਜੀ ਮੈਨੂੰ ਖਰਚਾ ਚਾਹੀਦਾ ਤਾਂ ਇਹਨੂੰ ਮੇਰਾ ਇਹ ਵੇਚੋ ਲਓ। ਉਹ ਵੇਚ ਵੀ ਅਡਾਨੀ ਅੰਬਾਨੀ ਨੂੰ ਰਿਹਾ, ਚਾਹੇ ਘਰ ਵੇਚੇ ਚਾਹੇ ਬਾਹਰ ਵੇਚੇ, ਇਹਨਾਂ ਦੇ ਨਾਲ ਖੜੇ ਨਾਲ ਖੜੇ। ਔਰ ਅਸੀਂ ਹੋ ਜੋ ਹੋ ਸਕਦਾ ਦਿੱਲੀ ਵਾਲੇ ਕੋਲੋਂ ਥੋੜ੍ਹੇ ਥੋੜ੍ਹੇ ਕਰਕੇ ਅਸੀਂ ਸਾਡੇ ਹਿਸਾਬ ਕੋਲ ਜੋ ਸਾਡੇ ਕੋਲ ਸੇਵਾ ਹੋ ਸਕਦੀ ਅਸੀਂ ਦੇ ਰਹੇ ਨੇ, ਕਰ ਰਹੇ ਨੇ, ਹੋਰ ਕਰਾਂਗੇ ਜਦ ਤੱਕ ਇਹ ਖੜੇ। 3 ਮਹੀਨਾ 4 ਮਹੀਨਾ 6 ਮਹੀਨਾ ਅਸੀਂ ਕਰਦੇ ਰਵਾਂਗੇ। ਵੀਰ ਜੀ ਮੈਂ ਤਾਂ ਹੱਥ ਜੋੜ ਕੇ ਇੱਕੋ ਰਿਕੁਐਸਟ ਕਰਾਂਗਾ, ਆਮ ਪਬਲਿਕ 'ਚ ਚਾਹੇ ਉਹ ਆਮ ਪਬਲਿਕ 'ਚ ਇੱਕ ਮੇਰੀ ਬੇਨਤੀ ਹੈ, ਚਾਹੇ ਉਹ ਦੁਕਾਨਦਾਰ ਹੈ, ਚਾਹੇ ਉਹ ਸਾਈਕਲ ਰਿਕਸ਼ੇ ਵਾਲਾ ਹੈ, ਚਾਹੇ ਉਹ ਦਿਹਾੜੀਦਾਰ ਮਜ਼ਦੂਰ ਹੈ, ਚਾਹੇ ਰੇਹੜੀ ਵਾਲਾ ਹੈ, ਚਾਹੇ ਦੁਕਾਨਦਾਰ ਹੈ, ਚਾਹੇ ਫੈਕਟਰੀ ਵਾਲਾ ਹੈ, ਚਾਹੇ ਕੋਈ ਵੀ ਹੈ, ਇਹ ਗੱਲ ਸੋਚ ਲੈਣ ਕਿ ਅਗਰ ਇਹ ਕਾਨੂੰਨ ਪਾਸ ਹੋ ਗਏ ਤੇ 3 ਸਾਲਾਂ ਦੇ ਅੰਦਰ ਤੁਸੀਂ ਰੋਡ 'ਤੇ ਕਟੋਰਾ ਲੈ ਕੇ ਘੁੰਮੋਗੇ ਸਾਰੇ, ਬਿਲਕੁਲ ਫਿਰ ਤੁਸੀਂ ਲੱਭੋਗੇ ਕਿ ਕਿੱਥੇ ਗਈ ਉਹ, ਕਿਸੀ ਅਸੀਂ ਗਲਤੀ ਕੀਤੀ ਹੈ। ਅੱਜ ਤੱਕ ਤੁਸੀਂ ਭਾਜਪਾ ਨੂੰ ਜਿਤਾ ਕੇ ਗਲਤੀ ਕਰਦੇ ਆਏ ਹੋ 2014 ਤੋਂ, ਹੁਣ ਅੱਗੇ ਫਿਰ ਗਲਤੀ ਕਰੋਗੇ ਅਤੇ ਫਿਰ ਮਾਰ ਖਾਓਗੇ। ਹੁਣ ਕਟੋਰਾ ਲੈ ਕੇ ਰੋਡ ਦੇ ਉੱਤੇ ਜਾਓਗੇ, ਰੋਡ 'ਤੇ ਜਦੋਂ ਆਓਗੇ ਤਾਂ ਤੁਹਾਡੇ ਬੱਚੇ ਵੀ ਪਰੇਸ਼ਾਨ ਹੋਣਗੇ, ਤੁਹਾਡੇ ਬੱਚਿਆਂ ਦੇ ਐਸੋ ਤਰ੍ਹਾਂ ਕਿ ਦੇਖੋ ਸਾਡੇ ਕਿਸਾਨ ਭਰਾ ਕਿੰਨੇ ਖੁਦਕੁਸ਼ੀ ਕਰ ਬੈਠੇ ਹਨ, ਕਿੰਨੇ ਕੁਛ ਕਰਦੇ ਪਏ ਹਨ। ਇਹ ਆਉਣ ਵਾਲਾ ਟਾਈਮ ਹੀ ਸਾਨੂੰ ਹੋਰ ਖੁਦਕੁਸ਼ੀ ਕਰਾਉਣ ਨੂੰ ਮਜਬੂਰ ਕਰੇਗਾ। ਇਸ ਪਿੱਛੇ ਅਸੀਂ ਕਿਸਾਨਾਂ ਦੇ ਨਾਲ ਹਾਂ, ਕਿਸਾਨ ਡਟੇ ਰਹਿਣ, ਅਸੀਂ ਵੀ ਤੁਹਾਡੇ ਨਾਲ ਡਟੇ ਹੋਏ ਹਾਂ ਜੀ। ਤਾਂ ਵੀਰਹਰਾ ਨੇ ਜਿਵੇਂ ਕਿ ਪਹਿਲਾਂ ਕਿਹਾ ਕਿ ਕਿਸੇ ਦੇ ਪਿਓ ਦਾ ਪ੍ਰੋਪਰਟੀ ਨਹੀਂ, ਜਿਹੜੀ ਪਬਲਿਕ ਪ੍ਰੋਪਰਟੀ ਲਗਾਤਾਰ ਜਿਹੜਾ ਪਬਲਿਕ ਸੈਕਟਰ ਉਹਨੂੰ ਖਤਮ ਕੀਤਾ ਜਾ ਰਿਹਾ। ਅਤੇ ਅੰਕਲ ਜੀ ਹਰਾਂ ਨੇ, ਆਂਟੀ ਜੀ ਹਰਾਂ ਨੇ ਇਹ ਕਿਹਾ ਕਿ ਭਾਵੇਂ ਸਾਨੂੰ ਆਪਣੇ ਘਰ ਵੀ ਵੇਚਣੇ ਪੈ ਜਾਣ, ਲਗਾਤਾਰ ਕਿਸਾਨਾਂ ਦੇ ਨਾਲ ਡਟੇ ਰਹਾਂਗੇ। ਫਿਲਹਾਲ ਮੈਨੂੰ ਅਤੇ ਮੇਰੇ ਸਹਿਯੋਗੀ ਕੈਮਰਾ ਮੈਨ ਨੂੰ ਦਿਓ ਆਗਿਆ, ਧੰਨਵਾਦ ਜੀ। ਓਨੇ ਹਾ।